ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਪਿਛਲੀ ਅਕਾਲੀ ਭਾਜਪਾ ਸਰਕਾਰ ਖਾਸ ਕਰ ਬਾਦਲ ਪਰਿਵਾਰ ਤੇ ਵੱਡਾ ਹਮਲਾ ਬੋਲਿਆ। ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਸਿੱਧੂ ਨੇ ਆਖਿਆ ਕਿ ਸਰਕਾਰ ਦੀ ਆਮਦਨ ਬਾਦਲਾਂ ਦੀ ਆਮਦਨ ਬਣ ਗਈ ਸੀ। ਜਿਹੜਾ ਵੀ ਪੈਸਾ ਪੰਜਾਬ ਦੇ ਵਿਕਾਸ ਲਈ ਆਇਆ ਹੈ ਉਹ ਬਾਦਲਾਂ ਨੇ ਆਪਣੇ ਲਈ ਹੀ ਵਰਤ ਲਿਆ। ਸਿੱਧੂ ਨੇ ਇਹ ਵੀ ਆਖਿਆ ਕਿ ਸੂਬੇ ਨੂੰ 200 ਕਰੋੜ ਰੁਪਏ ਸਮਾਰਟ ਸਿਟੀ ਲੁਧਿਆਣਾ ਦੇ ਲਈ ਆਏ ਸਨ ਤੇ ਅੰਮ੍ਰਿਤ ਯੋਜਨਾ ਵਿੱਚ ਵੀ 476 ਕਰੋੜ ਆਪਣੀ ਮਰਜ਼ੀ ਦੇ ਨਾਲ ਕਿਤੇ ਹੋਰ ਹੀ ਖਰਚ ਕਰ ਦਿੱਤੇ ਗਏ। ਲੁਧਿਆਣੇ ਦੇ ਵਾਸਤੇ 200 ਕਰੋੜ ਰੁਪਈਆ ਹੈ ਜੀ। ਸਟੇਟ ਦਾ ਸ਼ੇਅਰ ਉਹ 50-50 ਤੇ ਹੁੰਦਾ, ਸਟੇਟ ਦਾ ਸ਼ੇਅਰ ਉਹਦੇ 'ਚ 200 ਕਰੋੜ ਰੁਪਈਆ ਪੈਣਾ ਸੀ। ਇਹਨਾਂ ਨੇ 32 ਕਰੋੜ ਰੁਪਈਆ ਪਾਇਆ ਤੇ ਬਾਕੀ 162 ਕਰੋੜ ਰੁਪਈਆ ਉਵੇਂ ਦਾ ਉਵੇਂ ਹੀ ਖੜਾ। 368 ਕਰੋੜ ਰੁਪਈਆ ਇਹਨਾਂ ਨੇ ਉਸ ਖਾਤੇ 'ਚ ਜਮ੍ਹਾਂ ਨਹੀਂ ਕੀਤਾ। ਉਸ ਤੋਂ ਬਾਅਦ ਆਇਆ ਜੀ ਅੰਮ੍ਰਿਤ ਦਾ ਪੈਸਾ 80 ਕਰੋੜ, 34 ਕਰੋੜ ਕਿ ਮੈਂ ਤਾਂ ਇੱਕ ਸਾਲ ਦੀ ਗੱਲ ਕਰ ਰਿਹਾ, 114 ਕਰੋੜ ਰੁਪਈਏ। ਇਹ ਟੋਟਲ ਹੋਏ ਜੀ 476 ਕਰੋੜ ਰੁਪਈਏ ਜਿਹੜੇ ਇੱਕ ਹੈੱਡ ਦੇ ਵਿੱਚ ਪੈਣੇ ਚਾਹੀਦੇ ਸੀ, ਚੁੱਕੇ ਦੋਹਾਂ ਨੇ ਆ ਹੋ ਗਏ।